ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਇੱਥੇ ਆਇਆ 부ਚਾਲ ਜਿੱहां 500 ਲੋਕਾਂ ਦੀ ਹੋਈ ਮੌਤ ਤੇ 2300 ਲੋਕ ਹੋਏ ਜ਼ਖਮੀ ਵੱਡੀ ਖਬਰ ਆ ਚੁੱਕਿਆ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਤ ਤੋਂ ਹ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਇਸ ਵੀਲ ਦੀ ਵੱਡੀ ਖਬਰ ਸਾਡੇ ਸਾਹਮਣੇ ਆ ਰਹੀ ਜਿੱਥੇ 500 ਲੋਕਾਂ ਦੀ ਮੌਤ ਹੋ ਗਈ ਹੈ ਤੇ 2300 ਲੋਕ ਜ਼ਖਮੀ ਹੋ ਗਏ ਨੇ ਤੁਰਕੀ ਦੇ ਦੱਖਣੀ ਪੂਰਬ ਦੇ ਵਿੱਚ ਅੱਜ ਯਾਨੀ ਕਿ ਸੋਵਾ ਨੂੰ ਇੱਕ ਸ਼ਕਤੀਸ਼ਾਲੀ ਹੁਚਾਲ ਆਇਆ ਹੈ ਜਿਸ ਦੇ ਵਿੱਚ ਕੱਟੋਕੜ 284 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਦੀ ਜਾਣਕਾਰੀ ਤੁਰਕੀ ਦੇ ਅਧਿਕਾਰੀ ਵੱਲੋਂ ਦਿੱਤੀ ਗਈ ਹੈ ਇਸ ਹੁਚਾਲ ਨਾਲ ਸੰਬੰਧਿਤ ਘਟਨਾਵਾਂ 'ਚ 568 ਲੋਕਾਂ ਦੀ ਮੌਤ ਹੋ ਚੁੱਕੀ ਹੈ ਇੰਨਾ ਹੀ ਨਹੀਂ ਸਗੋਂ 1700 ਇਮਾਰਤਾਂ ਵੀ ਟੱਗੀਆਂ ਨੇ ਜਿਸ ਕਾਰਨ ਕੱਟੋਕੜ 2300 ਲੋਕ ਜ਼ਖਮੀ ਹੋ ਗਏ ਨੇ ਜੇਕਰ ਜੋ ਹੈ ਕਿ ਇਸ ਘਟਨਾ ਨਾਲ ਸੰਬੰਧਿਤ ਕਈ ਵੀਡੀਓਜ਼ ਵੀ ਸਾਹਮਣੇ ਆ ਚੁੱਕੀਆਂ ਹਨ ਇਸ ਪੁਚਾਲ ਦੀ ਤਬਾਹ 7.8 ਮਾਪੀ ਗਈ ਹੈ ਮਰਨ ਵਾਲੇ ਦੀ ਗਿਣਤੀ ਚ ਵਧਣ ਦਾ ਖ਼ਸ਼ਾ ਜ਼ਾਹਰ ਹੈ ਕਿਉਂਕਿ ਬਚਾਅ ਹਜੇ ਵੀ ਕੀਤੇ ਜਾ ਰਹੇ ਨੇ ਪਰ ਮਲਬੇ ਹੇਠਾਂ ਹਾਲੇ ਵੀ ਕਈ ਲੋਕ ਦੱਬੇ ਹੋਏ ਨੇ ਦੂਜੇ ਪਾਸੇ ਅਸ਼ੰਕ ਤੋੜ ਤੇ ਟੈ ਟੇਰੀ ਮਾਰਤਾਵਾਂ ਦੇ ਅੰਦਰ ਫਸੇ ਲੋਕ ਮਦਦ ਲਈ ਚੀਕਦੇ ਹੋਏ ਦੇਖੇ ਗਏ ਨੇ ਪੁਚਾਲ ਇਹਨਾਂ ਜ਼ਬਰਦਸਤ ਦੀ ਕੀ ਇਸ ਦੇ ਝਟਕੇ ਕਾਹਿਰਾ ਤੱਕ ਮਹਿਸੂਸ ਕੀਤੇ ਗਏ ਇਸ ਦਾ ਕੇਂਦਰ ਸੀਰੀਆ ਦੀ ਸਹਿਰ ਹਮ ਤੋਂ ਲਗਭਗ 90 ਕਿਲੋਮੀਟਰ ਦੂਰ ਗਾਜ਼ੀਅਨ ਟੇਪ ਸ਼ਹਿਰ ਦੇ ਉੱਤਰ ਦੇ ਵਿੱਚ ਸੀ ਇਸ ਵਿੱਚ ਜੀ ਹਾਂ ਕਟਨਾ ਦੇ ਵਾਪਰਨ ਤੋਂ ਬਾਅਦ ਹਰ ਪਾਸੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਪਰ ਹੱਲੇ ਵੀ ਬਚਾਅ ਕਾਰਜ ਜਾਰੀ ਨੇ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ